ले भाई, ला तबाही ने पीस। ज्यादा टाइम ना लेंदे होया आओ वीर ना करते हैं जी गल, तो पुछदे हैं वीर कोलों कदों इत्थे आया ते कदों इन्होंने आके इत्थे कम स्टार्ट किया टाइलों का। सत श्री अकाल वीर जी, की हाल चाल रहे हैं? होर सुनो भाजी, किदां दे किदां लगे फिर फ्रांस का मौसम इत्थे आ गए, ते किन्ना टाइम हो गया तुहानूं, तुसीं दस्सो अज साडे सारे सुनदे बाकी। इत्थे काम थोड़ा हौला है, उत्थे काम ज्यादा भारा है। इत्थे काम ईजी है फ्रांस च, है ना? ईजी है काम, वधिया काम करना। इत्थे डिसिप्लिन दे नाल जां घंटिया दे हिसाब नाल फर्क पै जांदा है। उत्थे बंदे नूं ज्यादा काम करना, 12-13 घंटे दे कोल स्किल हैगा, है काम हैगा ते बंदे नूं काम घट करना। तुहाडे कोल वधिया स्किल होवे तां काम, हांजी, थोड़ा आसान हो जांदा, बंदे नूं काम करना सौखा हो जांदा। ਇੱਥੇ ਆ ਕੇ ਤੁਸੀਂ ਫਿਰ ਹੁਣ ਦੁਬਾਰਾ ਕੰਮ ਸਿੱਖਿਆ ਜਾਂ ਤੁਹਾਨੂੰ ਉਹੀ ਜਿਹੜਾ ਤੁਸੀਂ ਪਹਿਲਾਂ ਸਿੱਖ ਕੇ ਆਏ ਉਹੀ ਕੰਮ ਆ ਗਿਆ ਇੱਥੇ? ਨਹੀਂ ਭਾਜੀ, ਆਪਾਂ ਨਵੀਂ ਜਗ੍ਹਾ ਤੇ ਕਿਤੇ ਵੀ ਜਾਈਏ ਥੋੜਾ ਕੰਮ ਦਾ ਫਰਕ ਤੇ ਹੁੰਦਾ ਹੀ ਹੈ। ਡਿਫਰੈਂਟ ਹੁੰਦਾ ਨਾ, ਮੈਨੂੰ 1-2 ਦਿਨ ਲੱਗੇ ਇੱਥੇ ਸਮਝਣ ਨੂੰ ਕੰਮ। ਅੱਛਾ, ਮਤਲਬ 1-2 ਦਿਨ ਵਿੱਚ ਤੁਸੀਂ ਜਿੱਦਾਂ ਸਮਝ ਗਏ ਤੇ ਫਿਰ ਆਪਣਾ ਕੰਮ ਸ਼ੁਰੂ ਕਰ ਲਿਆ? ਜੀ। ਤੇ ਜਿਵੇਂ ਮੰਨ ਲਓ ਕੋਈ ਨਵਾਂ ਕੰਮ ਸਿੱਖਣਾ ਕਿਸੇ ਨੇ, ਤੇ ਨਵੇਂ ਮੁੰਡੇ ਨੂੰ ਕਿੰਨੀ ਕੁ ਦਿਹਾੜੀ ਮਿਲਦੀ ਟੈਲਾਂ ਦੇ ਕੰਮ ਤੇ? ਦੇਖੋ ਭਾਜੀ, ਜੇ ਕੋਈ ਆਪਾਂ ਇੰਡੀਆ ਤੋਂ ਨਵੇਂ ਸਿਰੇ ਉਹ ਕੰਮ ਆਉਣਾ ਹੈ ਤੇ ਬੰਦੇ ਨੂੰ ਕੰਮ ਜ਼ਰੂਰੀ ਹੈ ਵੀ ਆਉਣਾ ਹੋਣਾ ਜ਼ਰੂਰੀ ਹੈ। ਆਉਣਾ ਚਾਹੀਦਾ ਹੈ। ਹਾਂ, ਨਵੇਂ ਬੰਦਾ ਜੇ ਕੋਈ ਆਣ ਕਿਤੇ ਕੰਮ ਸਿੱਖਦਾ ਤੇ ਉਹਦੇ ਲਈ ਔਖਾ ਹੈ ਕੰਮ ਸਿੱਖਣਾ। ਤੇ ਬਾਕੀ ਜੇ ਆਪਾਂ ਦਿਹਾੜੀ ਦੀ ਗੱਲ ਕਰੀਏ ਤੇ ਸਟਾਰਟਿੰਗ 'ਚ ਉਹੀ ਦਿਹਾੜੀ 40-45 ਰੁਪਏ ਦਿਹਾੜੀ ਸਟਾਰਟਿੰਗ। 40-45 ਯੂਰੋ? ਹਾਂਜੀ। ਕਹਿਣ ਦਾ ਮਤਲਬ ਤੁਹਾਡਾ ਇਹ ਵੀ ਜੇ ਬੰਦਾ ਕੋਈ ਇੰਡੀਆ ਤੋਂ ਆਉਂਦਾ ਤੇ ਉਹ ਇੰਡੀਆ ਤੋਂ ਟੈਲਾਂ ਦਾ ਕੰਮ ਸਿੱਖ ਕੇ ਆਵੇ, ਕੋਈ ਵੀ ਕੰਮ, ਬਿਜਲੀ ਦਾ ਕੰਮ ਆ, ਪੇਂਟ ਦਾ ਕੰਮ ਆ, ਜਾਂ ਕੋਈ ਵੀ ਆ, ਤੇ ਕੰਮ ਪੂਰਾ ਪ੍ਰੋਪਰ ਸਿੱਖ ਕੇ ਆਵੇ ਤੇ ਉਹਦਾ ਨੂੰ ਫਾਇਦਾ ਹੈ, ਤੁਹਾਨੂੰ ਇੱਥੇ ਬੈਨੀਫਿਟ ਮਿਲਦਾ। ਹੁਣ ਤੁਸੀਂ ਇੱਥੇ ਕਿਹੜੀ ਕਿਸੇ ਸੋਸਾਇਟੀ 'ਚ ਕੰਮ ਕਰ ਰਹੇ ਹੋ ਜਾਂ ਕਿਸੇ ਠੇਕੇਦਾਰ ਦੇ ਨਾਲ? ਆਪਣਾ ਕੋਈ ਮਾਲਕ ਆ ਇੰਡੀਅਨ ਜਾਂ ਪਾਕਿਸਤਾਨੀ? ਹਾਂਜੀ, ਮੈਂ ਸੋਸਾਇਟੀ 'ਚ ਕੰਮ ਕਰ ਰਿਹਾ ਇੱਥੇ, ਫਰਾਂਸੀ ਸੋਸਾਇਟੀ। ਸੋਸਾਇਟੀ ਦੇ ਵਿੱਚ ਕੰਮ ਕਰ ਰਹੇ ਤੇ ਜਿਹੜੀਆਂ ਤਨਖਾਹਾਂ ਤੁਹਾਨੂੰ ਖੁਆ ਬਾਈ, ਉਹ ਤੁਹਾਨੂੰ ਕਿੱਦਾਂ ਮਿਲਦੀਆਂ? ਉਹ ਤਨਖਾਹਾਂ ਭਾਜੀ ਮੇਰੇ ਅਕਾਊਂਟ ਖੁੱਲਿਆ ਹੈ, ਮੇਰੇ ਅਕਾਊਂਟ ਦੇ ਵਿੱਚ ਹੀ ਹੁੰਦਾ ਹੈ। ਅੱਛਾ, ਅਕਾਊਂਟ ਦੇ ਵਿੱਚ ਆਉਂਦੀ ਹੈ ਤੁਹਾਡੇ, ਹੈ? ਤੇ ਅਕਾਊਂਟ ਕਿੱਦਾਂ ਖੁਲਵਾਉਂਦੇ ਹੋ, ਕਿੱਦਾਂ ਅਕਾਊਂਟ ਈਜ਼ੀ ਖੁੱਲ ਜਾਂਦਾ ਇੱਥੇ ਬਿਨਾਂ ਪਾਸਪੋਰਟ ਤੋਂ, ਪੇਪਰਾਂ ਤੋਂ? ਜਾਂ ਈਜ਼ੀ ਹੋ ਜਾਂਦਾ ਵੈਸੇ, ਡਾਕੂਮੈਂਟ ਤਾਂ ਲੱਗਦੇ ਹਰ ਇੱਕ ਚੀਜ਼ ਦੇ। ਅੱਛਾ, ਈਜ਼ੀ ਖੁੱਲ ਜਾਂਦਾ, ਡਾਕੂਮੈਂਟ ਲੱਗਦੇ ਕਿਸੇ ਚੀਜ਼ ਦੇ? ਹਾਂ ਜੀ। ਓਕੇ, ਤੇ ਜਿਹੜੀ ਸੈਲਰੀ ਹੈ ਤੁਹਾਡੀ, ਇਹ ਕਿੱਦਾਂ ਕੁਝ ਪਰਸੈਂਟ ਕੱਟ ਕੇ ਦਿੰਦੇ ਨੇ ਜਾਂ ਡਾਇਰੈਕਟ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੀ ਹੈ ਜੇ ਪ੍ਰੋਪਰ ਜਿੰਨੀ ਤੁਹਾਡੀ ਬਣੀ ਹੁੰਦੀ ਆ? ਨਹੀਂ, ਜੋ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਮੈਨੂੰ ਪ੍ਰੋਪਰ ਹੀ ਹੁੰਦੀ ਹੈ। ਪ੍ਰੋਪਰ ਹੀ ਮਿਲਦੀ ਇੱਥੇ ਹੈ? ਜੇ ਬੰਦਾ ਕੋਈ ਆਉਂਦਾ ਹੁਣ ਤੁਹਾਡੇ ਸੋਸਾਇਟੀ ਦੇ ਵਿੱਚ ਤਾਂ ਕੰਮ ਔਖਾ ਨਹੀਂ ਹੈ ਜੇ ਕੋਈ ਕੰਮ ਸਿੱਖਣਾ ਚਾਹੁੰਦਾ ਤੇ? ਨਹੀਂ, ਕੰਮ ਬੰਦਾ ਸਿੱਖਣਾ ਨਾ ਹੋਣਾ ਜਿਹਦਾ ਕੰਮ, ਕੋਈ ਨਹੀਂ ਔਖਾ ਹੁੰਦਾ ਕੰਮ, ਸਾਰੇ ਤਕਰੀਬਨ ਬੰਦਾ ਚਾਹੇ ਤੇ ਹਰੇਕ ਚੀਜ਼ ਸੌਖੀ ਹੁੰਦੀ। ਠੀਕ ਠੀਕ ਠੀਕ। ਤੇ ਹੁਣ ਇੱਥੇ ਪੇਪਰਾਂ ਸ਼ੇਪਰਾਂ ਦਾ ਕਿੱਦਾਂ ਮੇਰਾ ਵੀਰ ਚੱਲ ਰਿਹਾ? ਜਿੱਦਾਂ ਆਪਾਂ ਕਹਿ ਦਈਏ ਵੀ ਜੇ ਪੇਪਰ ਕਿਸੇ ਨੇ ਫਰਾਂਸ ਦੇ ਬਣਾਉਣੇ ਆ ਜਾਂ ਕਿਸੇ ਹੋਰ ਕੰਟਰੀਆਂ ਦੇ ਵੀ ਲੋਕ ਬਣਾ ਰਹੇ ਨੇ? ਉਹ ਤੇ ਦੇਖੋ ਬੰਦੇ ਦੇ ਡਿਪੈਂਡ ਕਰਦਾ ਵੀ ਬੰਦਾ ਜੇ ਚਾਹੇ ਤੇ ਬੰਦਾ ਇੱਥੋਂ ਦੇ ਵੀ ਪੇਪਰ ਲੈ ਸਕਦਾ, ਤੇ ਜੇ ਚਾਹੇ ਤੇ ਬੰਦਾ ਹਰ ਕੰਟਰੀ ਜਿੱਦਾਂ ਜਿੱਦਾਂ ਅਗਲੇ ਨੂੰ ਜਿੱਦਾਂ ਜਿੱਦਾਂ ਕਿਸੇ ਦਾ ਕੋਈ ਕਾਨੂੰਨ ਜੀ ਬਣਿਆ ਹੋਇਆ ਕਿਸੇ ਕੰਟਰੀ ਦਾ, ਹਨਾ, ਚੰਗਾ ਲੱਗਦਾ ਜਿਹੜੀ ਕੰਟਰੀ ਕਿ ਉਸ ਤਰੀਕੇ ਨਾਲ। ਤੁਸੀਂ ਸਿਰਫ ਤੇ ਟਾਈਲਾਂ ਦਾ ਕੰਮ ਕਰਦੇ ਹੋ? ਮੈਂ ਟਾਈਲਾਂ ਦਾ ਬੇਸਿਕ ਕਰਦਾ, ਵੈਸੇ ਮੈਨੂੰ ਪਲੰਬਰੀ ਦਾ ਵੀ ਕੰਮ ਆਉਂਦਾ। ਅੱਛਾ, ਪਲੰਬਰੀ ਦਾ ਵੀ ਕੰਮ ਕਰ ਲੈਂਦੇ ਹੋ? ਪੇਂਟ ਦਾ ਵੀ ਮੈਂ ਕੰਮ ਕਰ ਲੈਣਾ, ਤੇ ਮੈਨੂੰ ਇਹ ਜ਼ਿਆਦਾ 3 ਕੰਮ ਹੁੰਦੇ ਆ। ਪਲੰਬਰੀ ਦਾ ਕੰਮ ਜ਼ਿਆਦਾ ਬੈਟਰ ਆ ਕਿਸੇ ਲਈ ਜਾਂ ਟਾਈਲਾਂ ਦਾ? ਦੇਖਿਆ ਜਾਵੇ ਤੇ ਸਕਿੱਲ ਕੋਈ ਵੀ ਮਾੜਾ ਨਹੀਂ ਹੈਗਾ, ਕੰਮ ਕੋਈ ਵੀ ਮਾੜਾ ਨਹੀਂ ਹੈ, ਕਹਿਣ ਦਾ ਮਤਲਬ ਕਿ ਕੰਮ ਆਉਣਾ ਚਾਹੀਦਾ ਬੰਦੇ ਨੂੰ, ਕੰਮ ਕੋਈ ਮਾੜਾ ਨਹੀਂ ਹੈ, ਹੈ ਨਾ? ਜੀ ਬਿਲਕੁਲ। ਸਹੀ ਸਹੀ ਮੇਰਾ ਵੀਰ। ਤੇ ਇੰਡੀਆ ਤੋਂ ਕਿੱਥੋਂ ਵੀਰ ਜੀ? ਮੈਂ ਫਿਰੋਜ਼ਪੁਰ ਤੋਂ, ਇੰਡੀਆ ਤੋਂ। ਇੰਡੀਆ ਤੋਂ ਫਿਰੋਜ਼ਪੁਰ ਤੋਂ ਜੀ। ਇੱਥੇ ਤੁਸੀਂ ਡਾਇਰੈਕਟ ਆਏ ਆ ਜਿਹੜੇ ਹੁਣ ਜਿੱਦਾਂ ਮੁੰਡੇ ਆਏ ਆ ਪਿੱਛੇ ਡੋਂਕੀਆਂ ਡਾਂਕੀਆਂ ਲਾ ਕੇ? ਡੋਂਕੀ ਲਾ ਗਿਆ। ਕਿਹੜੀ ਜਗ੍ਹਾ ਤੋਂ? ਮੈਂ ਪਹਿਲਾਂ ਰੁਮਾਨੀਆ ਆਇਆ ਸੀ, ਰੁਮਾਨੀਆ ਤੋਂ ਫਿਰ ਇੱਥੇ ਆਏ। ਪਹਿਲਾਂ ਰੁਮਾਨੀਆ, ਰੁਮਾਨੀਆ ਤੋਂ ਇੱਥੇ ਹੈ ਜੀ। ਲੋ ਜੀ ਵੀਰ ਤੋਂ ਇੱਕ ਹੋਰ ਗੱਲ ਪਤਾ ਲੱਗੀ ਵੀ ਰੁਮਾਨੀਆ ਤੋਂ ਜਿਹੜੇ ਲੋਕ ਕਹਿੰਦੇ ਵੀ ਨਹੀਂ ਕੋਈ ਆ ਸਕਦਾ ਡੋਂਕੀ ਲਾ ਕੇ, ਇਹ ਬਾਈ ਕਹਿ ਰਿਹਾ ਮੈਂ ਰੁਮਾਨੀਆ ਤੋਂ ਹੀ ਆਇਆ ਹਾਂ। ਈਜੀ ਆਇਆ ਜਾਂ? ਨਹੀਂ, ਮੇਰਾ ਥੋੜ੍ਹਾ ਕਿ ਸਫ਼ਰ ਬਹੁਤ ਜ਼ਿਆਦਾ ਔਖਾ ਰਿਹਾ ਜੀ। ਔਖਾ ਰਿਹਾ? ਬਹੁਤ ਜ਼ਿਆਦਾ ਜੀ। ਔਖਾ ਕਿੱਦਾਂ, ਮਤਲਬ ਲਟਾ ਲਟੋ ਕੇ ਲੈ ਕੇ ਆਏ ਨੇ? ਨਹੀਂ, ਮੈਂ ਤਕਰੀਬਨ ਮੈਨੂੰ ਲੱਗਦਾ ਮੈਂ 7 ਵਾਰੀ ਫੜਿਆ ਗਿਆ ਸੀ ਤੇ 8ਵੀਂ ਵਾਰੀ ਇੱਥੇ ਪਹੁੰਚੇ ਹਾਂ। ਅੱਛਾ, ਰੁਮਾਨੀਆ ਤੋਂ ਇੱਥੇ ਆਉਣ ਲੱਗਿਆ, 7 ਵਾਰ ਤੁਸੀਂ ਅਰੈਸਟ ਹੋਏ ਹੋ ਤੇ 8ਵੀਂ ਵਾਰ ਇੱਥੇ ਪਹੁੰਚੇ ਹੋ ਜੀ, ਤਾਂ ਫਿਰ ਉਹ ਕੋਈ ਚੋਖਾ ਤੰਗ ਕਰਦੇ ਜਾਂ ਕੀ ਕਹਿੰਦੇ? ਭਾਜੀ ਬਹੁਤ ਜ਼ਿਆਦਾ, ਯਾਨੀ ਕਿ ਉਹ ਸਫ਼ਰ ਬਹੁਤ ਜ਼ਿਆਦਾ, ਕੋਈ ਕੁੱਟਮਾਰ ਹੋਈ ਹੋਵੇ ਕਿਸੇ ਨਾਲ? ਹਾਂਜੀ, ਕੁੱਟਮਾਰ ਵੀ ਕਰਦੇ ਕੁਝ ਇੱਦਾਂ ਦਾ ਵੀ ਵਿੱਚ ਰਿਹਾ ਸਫ਼ਰ, ਜਿਹਦੇ ਵਿੱਚ ਸਾਨੂੰ ਆਰਡਰ ਮਿਲ ਗਿਆ ਗੋਲੀ ਦੇ ਦਿੱਤੀ ਤੇ ਬਾਕੀ ਜੇਲ੍ਹ 'ਚ ਵੀ ਰਹੇ ਹਾਂ। ਓ ਮਾਈ ਗੋਡ, ਤਕਰੀਬਨ ਔਖਾ ਰਿਹਾ। ਅੱਛਾ, ਗੋਲੀ ਦਾ ਆਰਡਰ ਵੀ ਹੋਇਆ ਤੁਹਾਨੂੰ? ਹਾਂਜੀ। ਤਾਂ ਫਿਰ ਕਿੱਦਾਂ ਬਾਹਰ ਆਏ ਤੁਸੀਂ? ਬਸ ਭਾਜੀ, ਬਸ ਸਮਝ ਲਓ ਕਿ ਰੱਬ ਨੇ ਬਚਾਇਆ, ਜਾਨ ਬਚਾਉਂਦੇ ਬਚਾਉਂਦੇ ਨਿਕਲ ਆਏ। ਮੈਂ ਤਕਰੀਬਨ ਅਸੀਂ ਰਾਤ ਨੂੰ, ਸਾਨੂੰ ਅਸੀਂ 10:30 ਵਜੇ ਅਸੀਂ ਸਾਨੂੰ ਉਹਨਾਂ ਗੋਲੀ ਦੇ ਆਰਡਰ ਦੇ ਦਿੱਤਾ ਸੀ ਅਤੇ ਅਸੀਂ ਸਾਰੀ ਰਾਤ ਫਿਰ ਭੱਜਦੇ ਰਹੇ ਹਾਂ ਅਤੇ ਸਵੇਰੇ 8:30 ਵਜੇ ਅਸੀਂ ਫਿਰ ਦੁਬਾਰਾ ਪੜੇ ਗਏ ਅਸੀਂ। ਚਲੋ ਚੰਗਾ ਹੋ ਗਿਆ। ਅਸੀਂ ਤੁਰ ਕੇ ਲਾਉਣ ਦਾ ਸੋਚਿਆ ਸੀ ਕੁਝ ਵੀ ਤੁਰ ਕੇ, ਸਾਨੂੰ ਉਹਨਾਂ ਕਿਹਾ ਸੀ ਸਫ਼ਰ ਅਤੇ, ਪਰ ਉਹ ਸਾਡੀ ਕੀ ਸਭ ਤੋਂ ਔਖੀ ਸੀ ਰਾਤ। ਅਤੇ ਬਾਕੀ ਮੈਂ ਇਹੀ ਕਹੂੰਗਾ ਵੀ ਅਨਲੀਗਲ ਆਉਣ ਨਾਲ ਬੰਦਾ ਲੀਗਲ, ਅਨਲੀਗਲ ਸਹੀ ਨਹੀਂ ਹੈ ਨਾ, ਹੈ ਨਾ? ਅਤੇ ਲੀਗਲ ਆ ਜਾਏ ਤਾਂ ਸਭ ਤੋਂ ਬੈਸਟ ਆ। ਅਤੇ ਬਾਕੀ ਨਹੀਂ, ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਵੇ ਚੱਲ ਰਹੇ ਨੇ, ਜਿੱਦਾਂ ਆਈਲੈਟਸ ਕਰਕੇ ਆ ਰਿਹਾ, ਕੋਈ ਹੋਟਲ ਮੈਨੇਜਮੈਂਟ ਦਾ ਕੋਰਸ ਕਰਕੇ ਆ ਰਿਹਾ, ਸਟੱਡੀ ਬੇ
ਉਹ ਵਧੀਆ ਹੈ ਨਾ। ਸੌਖੇ ਵੀ ਰਹੋਗੇ ਠੀਕ ਹੈ। ਵੱਡੀਆਂ ਕੰਟਰੀਆਂ 'ਚ ਕੁਝ ਨਹੀਂ ਹੈਗਾ ਨਾ ਇੱਕ ਕੰਟਰੀਆਂ ਦਾ, ਬਾਕੀ ਬੰਦਾ ਆਪੋ ਆਪਣਾ ਕਿਹਨੂੰ ਚੰਗਾ ਲੱਗਦਾ ਠੀਕ ਹੈ, ਪਰ ਇੰਨਾ ਵੀ ਵੱਡੀਆਂ ਕੰਟਰੀਆਂ ਦੇ ਵਿੱਚ ਫਿਰ ਉਹਨਾਂ ਬੰਦੇ ਨੂੰ ਸਟਰਗਲ ਵੀ ਕਰਨਾ ਪੈਂਦਾ ਠੀਕ ਹੈ। ਵੱਡੀਆਂ ਕੰਟਰੀਆਂ 'ਚ ਸਟਰਗਲ ਜ਼ਿਆਦਾ ਆ, ਤੁਸੀਂ ਕਿਸੇ ਛੋਟੀ ਕੰਟਰੀ ਜਾਓ ਤੇ ਸਾਲ ਬਾਅਦ ਆਪਣੇ ਘਰ ਵੀ ਜਾ ਸਕਦੇ ਆ, ਇਹੀ ਕਹਿਣ ਦਾ ਮਤਲਬ ਹੈ ਤੁਹਾਡਾ। ਤੇ ਹੁਣ ਫਰਾਂਸ ਬਾਈ ਕਿੱਦਾਂ ਲੱਗ ਰਿਹਾ, ਵਧੀਆ ਫਰਾਂਸ ਹੁਣ? ਬਾਕੀ ਵਧੀਆ, ਹਾਲੀ ਪੇਪਰਾਂ ਤੋਂ ਬਗੈਰ ਹੀ ਆ, ਤੇ ਡਰ ਤੇ ਹਮੇਸ਼ਾ ਮਨ 'ਚ ਰਹਿੰਦੇ ਰਹਿੰਦਾ ਹੈ। ਇਹ ਤਾਂ ਨੋਰਮਲ ਹੈ ਵੀਰ ਜੀ, ਜਦ ਤੱਕ ਤੁਹਾਡੇ ਕੋਲ ਕੋਈ ਡਾਕੂਮੈਂਟ ਨਹੀਂ ਹੈ ਤਾਂ। ਬਾਕੀ ਇੰਨੇ ਕਹਾਂਗੇ ਵੀ ਲੀਗਲ ਹੋਣ ਨੂੰ ਲੀਗਲ ਆਓ ਤੇ ਵਧੀਆ ਤੇ ਕੰਮ ਸਿੱਖ ਕੇ ਆਓ, ਸਭ ਤੋਂ ਮੇਨ। ਹਾਂ ਇਹ ਵਧੀਆ ਗੱਲ ਆ ਬਾਈ ਜੀ ਨਾ, ਵੀ ਕੰਮ ਸਿੱਖ ਕੇ ਤੁਸੀਂ ਆਓ, ਸਿੱਖਣਾ ਬਹੁਤ ਜ਼ਰੂਰੀ ਆ, ਕੰਮ ਸਿੱਖ ਕੇ ਆਓ, ਤੁਹਾਡੇ ਹੱਥ 'ਚ ਗੁਣ ਹੋਣਾ ਬਹੁਤ ਜ਼ਰੂਰੀ ਆ। ਤੇ ਬਾਕੀ ਸਾਰਿਆਂ ਨੂੰ ਲਓ ਜੀ, ਇਹ ਆਪਣਾ ਜਾਨੀ ਵੀਰ ਟਾਈਲਾਂ ਦਾ ਕੰਮ ਕਰਦਾ ਬਾਈ ਫਿਰੋਜ਼ਪੁਰੀ ਆ, ਫਿਰੋਜ਼ਪੁਰ ਤੋਂ ਜਾਨੀ ਵੀਰ ਦੇ ਨਾਲ ਗੱਲ ਹੋਈ ਅੱਜ। ਫਿਰ ਮਿਲਾਂਗੇ ਨਵੇਂ ਕਿਸੇ ਬਾਈ ਹੋਰ ਦੇ ਨਾਲ, ਦੱਸਾਂਗੇ ਤੁਹਾਨੂੰ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੇ। ਤਦ ਤੱਕ ਜੀ ਸਤਿ ਸ਼੍ਰੀ ਅਕਾਲ, ਧੰਨਵਾਦ।